ਅੱਜ ਜ ਰੌਸ਼ਨੀ ਵਿੱਚ ਆਏ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਆਪਾਂ ਤੇ ਦੁਨੀਆ ਦੇ ਬਹੁਤ ਧਨਵਾਨ ਬਣ ਕੇ ਉਹਦੇ ਰਾਜ ਚ ਦਾਖਲ ਹੋਣਾ ਅੱਜ ਕਲੀਆਂ ਨੂੰ ਸਿਖਾਇਆ ਜਾ ਰਿਹਾ ਆਪਾਂ ਤੇ ਬੜੇ ਸੁਖ ਆਨੰਦ ਔਰ ਆਪਣੀਆਂ ਸਾਰੀਆਂ ਬਿਲਾਸ਼ਾਵਾਂ ਨੂੰ ਪੂਰਾ ਕਰਕੇ ਉਹਦੇ ਰਾਜ ਚ ਦਾਖਲ ਹੋਣਾ ਸੋ ਬਚਨ ਕਹਿੰਦਾ ਵੀ ਬੜੇ ਦੁੱਖ ਸਹਿ ਕੇ ਹੋਣਾ ਹੁਣ ਜਾਂ ਤੇ ਬਚਨ ਦੀ ਮੰਨ ਲਈਏ ਤੇ ਜਾਂ ਫਿਰ ਇਹਨਾਂ ਦੀ ਮੰਨ ਲਈਏ ਜਿਹੜੇ ਫਿਰ ਸਾਨੂੰ ਇਹਨਾਂ ਰਾਹਾਂ ਦੇ ਉੱਤੇ ਲਾ ਰਹੇ ਹੈ ਤੂੰ ਬਚਾਉਣਾ ਤੇ ਬਚਨ ਨੇ ਆ ਮੈਂ ਥੋੜੀ ਕਿਸੇ ਨੂੰ ਬਚਾ ਸਕਦਾ ਮੇਰੀ ਕੀ ਔਕਾਤ ਹੈ ਮੈਂ ਤੇ ਮਿੱਟੀ ਆ ਤੁਹਾਡੇ ਵਾਂਗੂ ਤੇ ਜਿੱਦਾਂ ਤੁਸੀਂ ਮਿੱਟੀ ਤੇ ਮਿੱਟੀ ਵਿੱਚ ਮਿਲ ਜਾਣਾ ਉਦਾਂ ਹੀ ਮੈਂ ਮਿਲ ਜਾਣਾ ਪਰ ਜੇ ਤੁਸੀਂ ਬਚਨ ਨੂੰ ਸਮਝ ਗਏ ਤੇ ਬਚਨ ਤੁਹਾਨੂੰ ਮਿੱਟੀ ਵਿੱਚ ਨਹੀਂ ਮਿਲਣ ਦੇਊਗਾ ਬਚਨ ਤੁਹਾਨੂੰ ਮਿੱਟੀ ਦੇ ਵਿੱਚ ਮਿਲਣ ਨਹੀਂ ਦੇਊਗਾ ਤੇ ਭਾਵ ਇਹ ਆ ਕਿ ਅਗਰ ਅੱਜ ਪ੍ਰਭੂ ਯਿਸੂ ਮਸੀਹ ਆ ਜਾਵੇ ਤੇ ਧਿਆਨ ਰੱਖੋ ਲਿਖਿਆ ਜਿਹੜੇ ਉਸ ਵਕਤ ਜਿਉਂਦੇ ਹੋਣਗੇ ਉਹ ਅੱਖ ਝਪਕਦੇ ਸਾਰ ਹੋਰ ਦੇ ਹੋਰ ਹੋਏ ਤਿਆਰੀ ਤਾਂ ਸਾਡੀ ਇਦਾਂ ਦੀ ਹੋਣੀ ਚਾਹੀਦੀ